ਹਾਂਜੀ ਸਟੂਡੈਂਟਸ ਵੈਲਕਮ ਬੈਕ ਟੂ आवर ਚੈਨਲ ਟੂ ਸਟੱਡੀ ਕਲਾਸਿਸ ਅੱਜ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਮਾਡਲ ਟੈਸਟ ਪੇਪਰ ਐਸਐਸਟੀ ਦਾ ਫਾਰ 8ਥ ਕਲਾਸ 8ਥ ਕਲਾਸ ਦਾ ਜਿਹੜਾ ਹੁਣ ਫਾਈਨਲ ਇਗਜ਼ਾਮ ਆ ਸੈਕੰਡ ਟਰਮ ਦਾ ਉਸ ਦੀ ਪ੍ਰੈਪਰੇਸ਼ਨ ਦੇ ਲਈ ਜਿਹੜਾ ਇਹ ਮਾਡਲ ਟੈਸਟ ਪੇਪਰ ਆ ਜੋ ਕਿ ਪੀਐਸਸੀਬੀ ਸਾਈਟ ਤੇ ਵੀ ਆ ਤੁਹਾਡੇ ਲਈ ਇਸ ਤੋਂ ਤੁਸੀਂ ਜਿਹੜੀ ਆਪਣੀ ਰਿਵੀਜ਼ਨ ਚੈਕਿੰਗ ਕਰ ਸਕਦੇ ਹੋ ਕਿ ਕਿੰਨੀ ਕੁ ਰਿਵੀਜ਼ਨ ਹੈ ਤੁਹਾਡੀ ਜਿਹੜੀ ਹੋ ਚੁੱਕੀ ਹੈ ਇਗਜ਼ਾਮ ਦੀ ਜਾਂ ਕਿੰਨੇ ਕੁ ਕੁਐਸਚਨਸ ਜਿਹੜੇ ਆ ਤੁਸੀਂ ਉਹਨਾਂ ਦੇ ਆਨਸਰ ਕਰ ਪਾ ਰਹੇ ਹੋ ਇটস ਜਸਟ ਫਾਰ ਪ੍ਰੈਕਟਿਸ ਦੇ ਲਈ ਆ ਤੁਹਾਡੀ ਇਹ ਕੋਈ ਰੀਅਲ ਪੇਪਰ ਨਹੀਂ ਆ ਜਸਟ ਮਾਡਲ ਟੈਸਟ ਪੇਪਰ ਆ ਹਾਂਜੀ ਫਰਸਟ ਕੁਐਸਚਨ ਆ ਆਪਣੇ ਕੋਲ ਪਾਗ ਉੜਾ ਹੈ ਉਸ ਦੇ ਵਿੱਚ ਆਪਣੇ ਕੋਲ ਜਿਹੜੇ ਇੱਕ ਵਾਕ ਵਿੱਚ ਆਨਸਰ ਦੇਣਾ ਆਪਣੇ 3 ਕੁਐਸਚਨ ਪੁੱਛੇ ਗਏ ਨੇ ਇੱਕ ਇੱਕ ਨੰਬਰ ਦੇ ਨੇ ਫਰਸਟ ਕੁਐਸਚਨ ਹੈ ਇੱਥੇ ਆਪਣੇ ਕੋਲ ਕੁਦਰਤੀ ਆਫਤਾਂ ਤੋਂ ਕੀ ਭਾਵ ਹੈ ਕੀ ਕੁਦਰਤੀ ਆਫਤਾਂ ਨੇ ਜਿਹੜੀਆਂ ਉਹ ਕੀ ਹੁੰਦੀਆਂ ਨੇ ਉਹਨਾਂ ਤੋਂ ਕੀ ਭਾਵ ਹੈ ਇਸ ਦਾ ਆਨਸਰ ਹੈ ਆਪਣੇ ਕੋਲ ਉਹ ਆਫਤਾਂ ਜਿਹੜੀਆਂ ਸਿੱਧੇ ਜਾਂ ਸਿੱਧੇ ਤੌਰ ਤੇ ਕੁਦਰਤ ਦੁਆਰਾ ਪੈਦਾ ਹੁੰਦੀਆਂ ਨੇ ਕੁਦਰਤੀ ਆਫਤਾਂ ਕੀ ਨੇ ਜੋ ਆਫਤਾਂ ਸਿੱਧੇ ਜਾਂ ਸਿੱਧੇ ਤੌਰ ਤੇ ਕੁਦਰਤ ਦੁਆਰਾ ਪੈਦਾ ਹੁੰਦੀਆਂ ਹਨ ਉਹਨਾਂ ਨੂੰ ਕੁਦਰਤੀ ਆਫਤਾਂ ਕਿਹਾ ਜਾਂਦਾ ਹੈ ਜਿਵੇਂ ਕਿ ਪੁਚਾਲ ਜਵਾਲਾਮੁਖੀ ਹੜ੍ਹ ਚੱਕਰਵਾਤ ਆਦਿ ਇਹ ਜਿਹੜੀਆਂ ਕੁਝ ਐਗਜ਼ਾਮਪਲਸ ਨੇ ਇਹ ਕੁਦਰਤੀ ਆਫਤਾਂ ਦੀਆਂ ਨੇ ਜਿਹੜੀਆਂ ਸਿੱਧੇ ਜਾਂ ਸਿੱਧੇ ਤੌਰ ਤੇ ਕੁਦਰਤ ਦੁਆਰਾ ਪੈਦਾ ਹੁੰਦੀਆਂ ਨੇ ਉਹ ਕੁਦਰਤੀ ਆਫਤਾਂ ਹੁੰਦੀਆਂ ਨੇ ਸੈਕੰਡ ਕੁਐਸਚਨ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਸੈਕੰਡ ਕੁਐਸਚਨ ਦਾ ਆਪਣਾ ਆਨਸਰ ਹੈ ਡਾਕਟਰ ਰਜਿੰਦਰ ਪ੍ਰਸ਼ਾਦ 3ਰਡ ਕੁਐਸਚਨ ਰਾਸ਼ਟਰਪਤੀ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ ਇਸ ਦਾ ਜਿਹੜਾ ਰਾਈਟ ਆਨਸਰ ਆਪਣੇ ਕੋਲ ਹੈ 12 ਮੈਂਬਰ ਰਾਸ਼ਟਰਪਤੀ ਹੈ ਜਿਹੜਾ ਰਾਜ ਸਭਾ ਵਿੱਚ 12 ਮੈਂਬਰ ਨਾਮਜ਼ਦ ਕਰ ਸਕਦਾ ਹੈ ਨੈਕਸਟ ਹੈ ਆਪਣੇ ਕੋਲ ਭਾਗ ਐਡਾ ਹੇਠ ਦੇ ਕੇ ਪ੍ਰਸ਼ਨਾਂ ਦਾ ਉੱਤਰ 25 ਤੀ ਸ਼ਬਦਾਂ ਵਿੱਚ ਦਿਓ ਹਰੇਕ ਪ੍ਰਸ਼ਨ ਦੇ ਜਿਹੜੇ 2 ਅੰਕ ਨੇ ਇੱਥੇ ਆਪਣੇ ਕੋਲ ਫਰਸਟ ਕੁਐਸਚਨ ਹੈ ਭਾਰਤ ਵਿੱਚ ਕੱਚਾ ਲੋਹਾ ਕਿੱਥੇ-ਕਿੱਥੇ ਮਿਲਦਾ ਹੈ ਆਪਾਂ ਸਥਾਨ ਦੱਸਨੇ ਕਿ ਜਿਹੜਾ ਕੱਚਾ ਲੋਹਾ ਭਾਰਤ ਵਿੱਚ ਕਿੱਥੇ-ਕਿੱਥੇ ਮਿਲਦਾ ਕਿਹੜੇ-ਕਿਹੜੇ ਖੇਤਰਾਂ 'ਚ ਮਿਲਦਾ ਸੋ ਇਸ ਦਾ ਜਿਹੜਾ ਆਨਸਰ ਹੈ ਆਪਣੇ ਕੋਲ ਭਾਰਤ ਵਿੱਚ ਕੱਚਾ ਲੋਹਾ ਪੈਦਾ ਕਰਨ ਵਾਲੇ ਮੁੱਖ ਖੇਤਰ ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਗੋਆ, ਆਂਧਰਾ ਪ੍ਰਦੇਸ਼, ਛੱਤੀਸਗੜ, ਝਾਰਖੰਡ ਅਤੇ ਤਾਮਿਲਨਾਡੂ ਹਨ। ਬਿਹਾਰ, ਉੜੀਸਾ, ਮੱਧ ਪ੍ਰਦੇਸ਼ ਗੋਆ ਆਂਧਰਾ ਪ੍ਰਦੇਸ਼ ਛੱਤੀਸਗੜ੍ਹ ਚਾਰਖੰਡ ਅਤੇ ਤਾਮਿਲਨਾਡੂ ਕੱਚਾ ਲੋਹਾ ਪੈਦਾ ਕਰਨ ਦੇ ਮੁੱਖ ਖੇਤਰ ਨੇ ਭਾਰਤ ਵਿੱਚ ਬਿਹਾਰ ਵਿੱਚ ਸਿੰਘਪੂਮ ਓਡੀਸ਼ਾ ਦੇ ਸਿਯੋਰਪੰਜ ਛੱਤੀਸਗੜ੍ਹ ਦੇ ਦੁਰਗ ਅਤੇ ਬਸਤ ਕਰਨਾਟ ਬਸਤਰ ਕਰਨਾਟਕ ਦੇ ਮਸੂਰ ਬੇਲਾਰੀ ਧਾਰਵਾੜ ਇਲਾਕੇ ਚੰਗੀ ਕਿਸਮ ਦੇ ਕੱਚੇ ਲੋਹੇ ਵਾਸਤੇ ਪ੍ਰਸਿੱਧ ਹਨ ਫਰਸਟਲੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੱਚਾ ਲੋਹਾ ਪੈਦਾ ਕਰਨ ਵਾਲੇ ਭਾਰਤ ਦੇ ਜਿਹੜੇ ਮੁੱਖ ਖੇਤਰ ਨੇ ਉਹ ਕਿਹੜੇ ਨੇ ਤੁਹਾਨੂੰ ਇਹ ਸਾਰੇ ਨਾਮ ਪਤਾ ਹੋਣੇ ਚਾਹੀਦੇ ਨੇ ਚੰਗੀ ਤਰ੍ਹਾਂ ਜਿਹੜਾ ਸੈਕੰਡ ਲਾਈਨਸ ਨੇ ਇਹਨਾਂ ਦੇ ਵਿੱਚੋਂ ਤੁਸੀਂ ਜਸਟ ਕੋਈ ਦੋ ਕਰ ਸਕਦੇ ਹੋ ਇਹੀ ਕਰ ਲੈ ਕਾ ਸਕਦੇ ਹਾਂ ਕਿ ਬਿਹਾਰ ਵਿੱਚ ਸਿੰਘਪੂ ਮੋਰੀਸਾ ਦੇ ਸਿਯੋਰ ਪੰਜ ਇਹ ਜਿਹੜੇ ਇਲਾਕੇ ਛੱਤੀਸਗੜ ਦੇ ਦੁਰਗਾ ਤੇ ਬਸਤਰ ਸਿਰਫ ਇਹਨਾਂ ਕਰ ਲਓ ਬਿਹਾਰ ਅਤੇ ਸਿੰਘਪੂ ਦੇ ਬਿਹਾਰ ਵਿੱਚ ਸਿੰਘਪੂ ਮੋਰੀਸਾ ਦੇ ਸਿਯੋਰ ਪੰਜ ਛੱਤੀਸਗੜ ਦੇ ਦੁਰਗਾ ਤੇ ਬਸਤਰ ਕੱਚੀ ਕਿਸਮ ਦੇ ਕੱਚੇ ਲੋਹੇ ਵਾਸਤੇ ਪ੍ਰਸਿੱਧ ਖਾਨਾ ਹਨ ਠੀਕ ਹੈ ਸੈਕਿੰਡ ਲਾਈਨ ਦੇ ਵਿੱਚ ਜਿਹੜਾ ਤੁਸੀਂ ਇਕੱਲੀ ਇਹ ਵਾਲ ਲਾਈਨ ਕਰ ਸਕਦੇ ਹੋ ਜੇ ਤੁਹਾਨੂੰ ਟਫ ਲੱਗ ਰਿਹਾ ਤਾਂ ਤੁਸੀਂ ਕਲਾਈਨ ਛੱਡ ਸਕਦੇ ਹੋ ਸਕਿਪ ਕਰ ਸਕਦੇ ਹੋ अदरवाइज ਜੇ ਤੁਸੀਂ ਪੂਰਾ ਕਰ ਸਕਦੇ ਹੋ ਤਾਂ ਪੂਰਾ ਅਨਸਰ ਕਰ ਲਿਓ ਸੈਕਿੰਡ ਕੁਐਸਚਨ ਹੈ ਆਪਣੇ ਕੋਲ ਪੁਚਾਲ ਤੋਂ ਤੁਹਾਡਾ ਕੀ ਭਾਵ ਹੈ ਪੁਚਾਲ ਕੀ ਹੁੰਦਾ ਹੈ ਇਸ ਦਾ ਜਿਹੜਾ ਅਨਸਰ ਹੈ ਧਰਤੀ ਦੇ ਅਚਨਚੇਤ ਹਿੱਲਣ ਦੀ ਕਿਰਿਆ ਨੂੰ ਪੁਚਾਲ ਕਹਿੰਦੇ ਹਨ ਤਰਤੀ ਦੇ ਅਚਨਚੇਤ ਹਿੱਲਣ ਦੀ ਕਿਰਿਆ ਨੂੰ ਪੁਚਾਲ ਕਹਿੰਦੇ ਹਨ ਕਈ ਵਾਰ ਇਹ ਪੁਚਾਲ ਇੰਨੇ ਹਲਕੇ ਹੁੰਦੇ ਹਨ ਕਿ ਮਹਿਸੂਸ ਮਹਿਸੂਸ ਵੀ ਨਹੀਂ ਹੁੰਦੇ ਪਰੰਤੂ ਕਈ ਵਾਰ ਪੁਚਾਲ ਦੀ ਤੀਬਰਤਾ ਜਿਆਦਾ ਹੋਣ ਕਰਕੇ ਹਰ ਪਾਸੇ ਦਵਾਹੀ ਮਚ ਜਾਂਦੀ ਹੈ ਫਸਟ ਸਲੀਪ ਚਾਲ ਕੀ ਹੁੰਦੇ ਨੇ ਕਿ ਜਿਹੜੇ ਤਰਤੀ ਦੇ ਅਚਨਚੇਤ ਹਿੱਲਣ ਦੀ ਕਿਰਿਆ ਕਿ ਅਚਾਨਕ ਜੇ ਧਰਤੀ ਹਿੱਲਣ ਲੱਗ ਜਾ ਉਸ ਨੂੰ ਕੀ ਕਹਿੰਦੇ ਉਸ ਦੀ ਕਿਰਿਆ ਨੂੰ ਕੀ ਕਹਿੰਦੇ ਨੇ ਪੁਚਾਲ ਕਹਿੰਦੇ ਨੇ ਕਈ ਵਾਰ ਜਿਹੜਾ ਪੁਚਾਲ ਇੰਨਾ ਹਲਕੇ ਝੜਕੇ ਹੁੰਦੇ ਨੇ ਕਿ ਮਹਿਸੂਸ ਵੀ ਨਹੀਂ ਹੁੰਦੇ ਪਰੰਤੂ ਕਈ ਵਾਰ ਹੈ ਜਿਹੜਾ ਪੁਚਾਲ ਇੰਨੇ ਜ਼ਿਆਦਾ ਤੀਬਰਤਾ ਹੁੰਦੀ ਹੈ ਇਹਨਾਂ ਦੀ ਕਿ ਹਰ ਪਾਸੇ ਜਿਹੜੀ ਤਬਾਹੀ ਮਚ ਜਾਂਦੀ ਆ ਪੁਚਾਲ ਦੀ ਤੀਬਰਤਾ ਨੂੰ ਦੋ ਪੈਮਾਨਿਆਂ ਰਿਕਟਰ ਪੈਮਾਨਾ ਤੇ ਮਰਕਾਲੀ ਪੈਮਾਨਾ ਤੇ ਮਾਪਿਆ ਜਾਂਦਾ ਹੈ ਸੈਕਿੰਡ ਲਾਸਟ ਲਾਈਨ ਜੇ ਤੁਸੀਂ ਲਿਖਣੀ ਆ ਤਾਂ ਲਿਖ ਸਕਦੇ ਹੋ ਅਦਰਵਾਈਜ਼ ਸਕਿਪ ਕਰ ਸਕਦੇ ਹੋ ਤੀਬਰਤਾ ਦੇ ਦੋ ਪੈਮਾਨਿਆਂ ਵਿੱਚ ਰਿਕਟਰ ਅਤੇ ਪੈਮਾਨਾ ਰਿਕਟਰ ਪੈਮਾਨਾ ਤੇ ਮਰਕਾਲੀ ਪੈਮਾਨਾ ਤੇ ਮਾਪਿਆ ਜਾਂਦਾ ਹੈ ਨੈਕਸਟ ਕੁਐਸਚਨ ਚੱਕਰਵਾਤ ਕੀ ਹੁੰਦਾ ਹੈ ਇਸ ਨੂੰ ਹੋਰ ਕਿਹੜੇ ਨਾਮਾਂ ਨਾਲ ਜਾਣਿਆ ਜਾਂਦਾ ਹੈ ਚੱਕਰਵਾਤ ਜਾਂ ਤੂਫਾਨ ਤੇਜ਼ ਹਵਾਵਾਂ ਹੁੰਦੀਆਂ ਹਨ ਚੱਕਰਵਾਤ ਕੀ ਹੁੰਦਾ ਹੈ ਤੇਜ਼ ਹਵਾਵਾਂ ਚੱਕਰਵਾਤ ਜਾਂ ਤੂਫਾਨ ਤੇਜ਼ ਹਵਾਵਾਂ ਹੁੰਦੀਆਂ ਜਿਨ੍ਹਾਂ ਦੀ ਗਿਣਤੀ 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਹੁੰਦੀ ਹੈ ਜਿਨ੍ਹਾਂ ਦੀ ਜਿਹੜੀ ਗਿਣਤੀ ਆ ਉਹ 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਵੀ ਹੁੰਦੀ ਹੈ ਚੱਕਰਵਾਤ ਹਵਾ ਦੇ ਘਟ ਦਬਾ ਕਰਕੇ ਪੈਦਾ ਹੁੰਦੇ ਹਨ ਇਹਨਾਂ ਚੱਕਰਵਾਤਾਂ ਨੂੰ ਅਮਰੀਕਾ ਵਿੱਚ ਹਰੀਕੇਨ, ਦੱਖਣ ਪੂਰਬੀ ਏਸ਼ੀਆ ਵਿੱਚ ਟਾਈਫੂਨ, ਭਾਰਤ ਵਿੱਚ ਚੱਕਰ ਤੂਫਾਨ ਜਾਂ ਵਾਵਰੋਲਾ ਕਿਹਾ ਜਾਂਦਾ ਹੈ। ਇਹ ਅਲੱਗ-ਅਲੱਗ ਇਲਾਕਿਆਂ ਵਿੱਚ ਦੱਸਦਾ ਕਿ ਕੀ ਕਿਹਾ ਜਾਂਦਾ। ਇਹਨਾਂ ਚੱਕਰਵਾਤਾਂ ਨੂੰ ਜਿਹੜਾ ਅਮਰੀਕਾ ਵਿੱਚ ਆ ਹਰੀਕੇਨ, ਦੱਖਣ ਪੂਰਬੀ ਵਿੱਚ ਦੱਖਣ ਪੂਰਬੀ ਏਸ਼ੀਆ ਵਿੱਚ ਟਾਈਫੂਨ, ਭਾਰਤ ਵਿੱਚ ਜਿਹੜਾ ਚੱਕਰ ਜਾਂ ਤੂਫਾਨ ਦਾ ਜਾਂ ਵਾਵਰੋਲਾ ਕਿਹਾ ਜਾਂਦਾ ਹੈ। ਫੋਰਥ ਕੁਐਸਚਨ ਹੈ ਆਪਣੇ ਕੋਲ ਪੱਛਮੀ ਸਿੱਖਿਆ ਪ੍ਰਣਾਲੀ ਦੇ ਕੋਈ ਦੋ ਪ੍ਰਭਾਵ ਲਿਖੋ ਪੱਛਮੀ ਸਿੱਖਿਆ ਪ੍ਰਣਾਲੀ ਦੇ ਦੋ ਪ੍ਰਭਾਵ ਕਿਹੜੇ ਸੀ ਪੱਛਮੀ ਸਿੱਖਿਆ ਪ੍ਰਣਾਲੀ ਦੇ ਦੁਰਗਾਮੀ ਪ੍ਰਭਾਵ ਪਈ ਜੋ ਇਸ ਤਰ੍ਹਾਂ ਹਨ ਕਿਹੜੇ ਸੀ ਅੰਗਰੇਜ਼ੀ ਸਿੱਖਿਆ ਕਾਰਨ ਹੀ ਭਾਰਤ ਵਿੱਚ ਕਲਰਕੀ ਕਲਚਰ ਪੈਦਾ ਹੋਇਆ ਫਰਸਟ ਪੁਆਇੰਟ ਅੰਗਰੇਜ਼ੀ ਸਿੱਖਿਆ ਕਾਰਨ ਹੀ ਭਾਰਤ ਵਿੱਚ ਕਲਰਕੀ ਕਲਚਰ ਪੈਦਾ ਹੋਇਆ ਸੈਕੰਡ ਪੁਆਇੰਟ ਪੱਛਮੀ ਸਿੱਖਿਆ ਮਹਿੰਗੀ ਹੋਣ ਕਰਕੇ ਜ਼ਿਆਦਾਤਰ ਭਾਰਤੀ ਲੋਕ ਅਨਪੜ੍ਹ ਰਹਿ ਗਏ ਇਸ ਵਿੱਚ ਜਿਹੜਾ ਕਲਰਕਲ ਕਲਚਰ ਪੈਦਾ ਹੋਇਆ ਭਾਰਤ ਵਿੱਚ ਸੈਕੰਡ ਪੁਆਇੰਟ ਪੰਜਵੀਂ ਸਿੱਖਿਆ ਮਹਿੰਗੀ ਹੋਣ ਕਰਕੇ ਜ਼ਿਆਦਾਤਰ ਭਾਰਤੀ ਲੋਕਾਂ ਜਿਹੜੇ ਉਹ ਅਨਪੜ੍ਹ ਰਹਿ ਗਏ ਫਿਫਥ ਕੁਐਸਚਨ ਸਤੀ ਪ੍ਰਥਾ ਨੂੰ ਕਦੋਂ ਅਤੇ ਕਿਸ ਦੇ ਯਤਨਾਂ ਸਦਕਾ ਗੈਰ ਕਾਨੂੰਨੀ ਕੋਸ਼ਿਸ਼ ਕੀਤਾ ਗਿਆ ਸਤੀ ਪ੍ਰਥਾ ਨੂੰ ਕਦੋਂ ਤੇ ਕਿਸ ਦੇ ਯਤਨਾਂ ਕਰਕੇ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਸਤੀ ਪ੍ਰਥਾ ਨੂੰ 1829ਵੀਂ ਵਿੱਚ ਸੰਸੇ ਆਪਣੇ ਕੋਲ 1829 ਸਤੀ ਪ੍ਰਥਾ ਨੂੰ 1829ਵੀਂ ਵਿੱਚ ਰਾਜਾ ਰਾਮ ਮੋਹਨ ਰਾਏ ਦੇ ਟੂ ਕੁਐਸਚਨ ਮੇਨ ਪੁੱਛਿਆ ਨੇ ਕਦੋਂ ਤੇ ਕਿਸ ਦੇ ਯਤਨਾਂ 1829ਵੀਂ ਵਿੱਚ ਰਾਜਾ ਰਾਮ ਮੋਹਨ ਰਾਏ ਦੇ ਯਤਨਾਂ ਸਦਕਾ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ 6ਥ ਕੁਐਸਚਨ ਹੈ ਵੀਰ ਸਲਿੰਗਮ ਨੂੰ ਅਜੋਕੇ ਆਂਧਰਾ ਪ੍ਰਦੇਸ਼ ਤੇ ਪੈਗੰਬਰ ਕਿਉਂ ਕਿਹਾ ਜਾਂਦਾ ਹੈ ਵੀਰ ਸਲਿੰਗਮ ਨੂੰ ਇਸ ਦਾ ਆਨਸਰ ਹੈ ਆਪਣੇ ਕੋਲ ਵੀਰ ਕਲਿੰਗਮ ਨੇ ਪੁਨਰ ਵਿਵਾਨੂ ਕਾਨੂੰਨੀ ਤੌਰ ਤੇ ਮਾਨਤਾ ਦਿਵਾਉਣ ਲਈ ਯਤਨ ਕੀਤੇ ਗੱਲ ਕਿ ਵੀਰ ਸﻠਿੰਗਮ ਨੇ ਸਾਰੀ ਉਮਰ ਸਮਾਜ ਸੇਵਾ ਸਮਾਜ ਸੁਧਾਰ ਅਤੇ ਨਈਆਂ ਜਾਤੀਆਂ ਦੇ ਲੋਕਾਂ ਦੀ ਹਾਲਤ ਸੁਧਾਰਨ ਵਿੱਚ ਲਗਾ ਦਿੱਤੀ ਉਹਨਾਂ ਦਾ ਯੋਗਦਾਨ ਮਹਾਨ ਸੀ ਇਸ ਕਰਕੇ ਉਹਨਾਂ ਨੂੰ ਵਰਤਮਾਨ ਆਂਧਰਾ ਪ੍ਰਦੇਸ਼ ਦੇ ਸਮਾਜ ਦਾ ਪੈਗੰਬਰ ਕਿਹਾ ਜਾਂਦਾ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਉਹ ਇੱਕ ਸਮਾਜ ਸੇਵਕ ਸੀ ਉਹਨਾਂ ਨੇ ਸਾਰੀ ਉਮਰ ਹੈ ਜਿਹੜੀ ਆਪਣੀ ਸਮਾਜ ਸੇਵਾ ਦੇ ਕੰਮ ਸਮਾਜ ਸੁਧਾਰਨ ਅਤੇ ਨੀਵੀਂ ਜਾਤਾਂ ਦੇ ਲੋਕਾਂ ਦੀ ਹਾਲਤ ਸੁਧਾਰਨ ਵਿੱਚ योगदान ਕੀਤਾ ਜਿਸ ਕਰਕੇ ਜਿਹੜਾ ਉਹਨਾਂ ਨੂੰ ਵਰਤਮਾਨ ਆਂਧਰਾ ਪ੍ਰਦੇਸ਼ ਤੇ ਸਮਾਜ ਪੈਗੰਬਰ ਵੀ ਕਿਹਾ ਜਾਂਦਾ ਸੈਵਨਥ ਕੁਐਸਚਨ ਵਸਤੀਵਾਦ ਤੋਂ ਕੀ ਭਾਵ ਹੈ ਵਸਤੀਵਾਦ ਕੀ ਹੁੰਦਾ ਹੈ ਜਾਂ ਵਸਤੀਵਾਦ ਤੋਂ ਕੀ ਭਾਵ ਹੈ ਵਸਤੀਵਾਦ ਦਾ ਅਰਥ ਹੈ ਕਿਸੇ ਦੇਸ਼ ਉੱਤੇ ਦੂਜੇ ਦੇਸ਼ ਜਾਂ ਦੇਸ਼ਾਂ ਦੁਆਰਾ ਜ਼ਬਰਦਸਤੀ ਰਾਜਨੀਤਿਕ ਆਰਥਿਕ ਅਤੇ ਸਮਾਜਿਕ ਤੌਰ ਤੇ ਅਧਿਕਾਰ ਕਰਨਾ ਮਤਲਬ ਕਿਸੇ ਦੇਸ਼ ਦੁਆਰਾ ਜਿਹੜਾ ਦੂਜੇ ਦੇਸ਼ ਤੇ ਕਬਜ਼ਾ ਕੀਤਾ ਜਾ ਰਿਹਾ ਅਧਿਕਾਰ ਜਮਾਇਆ ਜਾ ਰਿਹਾ ਉਸ ਨੂੰ ਜਿਹੜਾ ਆਪਾਂ ਵਸਤੀਵਾਦ ਕਹਿੰਦੇ ਆ। ਸੋ ਵਸਤੀਵਾਦ ਦਾ ਅਰਥ ਕੀ ਆ ਕਿਸੇ ਦੇਸ਼ ਉੱਤੇ ਦੂਜੇ ਦੇਸ਼ ਜਾਂ ਦੇਸ਼ਾਂ ਦੁਆਰਾ ਕਿਸੇ ਇੱਕ ਦੇਸ਼ ਜਾਂ ਕਾਫੀ ਦੇਸ਼ਾਂ ਦੁਆਰਾ ਜ਼ਬਰਦਸਤੀ ਰਾਜਨੀਤਿਕ ਆਰਥਿਕ ਅਤੇ ਸਮਾਜਿਕ ਤੌਰ ਤੇ ਅਧਿਕਾਰ ਕਰਨਾ ਰਾਜਨੀਤਿਕ ਸਮਾਜਿਕ ਜਾਂ ਆਰਥਿਕ ਤੌਰ ਤੇ ਅਧਿਕਾਰ ਕਰ ਲੈਣਾ। ਨੈਕਸਟ ਕੁਐਸਚਨ ਸਰਕਾਰੀ ਵਕੀਲ ਕੀ ਹੁੰਦੇ ਹਨ? ਇਸ ਦਾ ਆਨਸਰ ਹੈ ਆਪਣੇ ਕੋਲ। ਜਿਹੜੇ ਵਕੀਲ ਸਰਕਾਰ ਦੇ ਪੱਖ ਵਿੱਚ ਕੇਸ ਲੜਦੇ ਹਨ ਉਹਨਾਂ ਨੂੰ ਸਰਕਾਰੀ ਵਕੀਲ ਕਿਹਾ ਜਾਂਦਾ ਹੈ ਜਿਹੜੇ ਵਕੀਲ ਸਰਕਾਰ ਦੇ ਪੱਖ ਵਿੱਚ ਕੇਸ ਲੜਦੇ ਹਨ ਉਹਨਾਂ ਨੂੰ ਸਰਕਾਰੀ ਵਕੀਲ ਕਿਹਾ ਜਾਂਦਾ ਹੈ ਸਰਕਾਰੀ ਵਕੀਲ ਵੱਖਰੇ ਵੱਖਰੇ ਹੁੰਦੇ ਹਨ ਇਹਨਾਂ ਵਕੀਲਾਂ ਦੀ ਨਿਯੁਕਤੀ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਸਰਕਾਰ ਸਰਕਾਰੀ ਵਕੀਲ ਆ ਜਿਹੜੇ ਉਹ ਕਿਹੜੇ ਹੁੰਦੇ ਨੇ ਜਿਹੜੇ ਸਰਕਾਰ ਦੇ ਪੱਖ ਵਿੱਚ ਕੇਸ ਲੜਦੇ ਨੇ ਉਹ ਸਰਕਾਰੀ ਵਕੀਲ ਹੁੰਦੇ ਨੇ ਇਹ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਹਨ ਇਹਨਾਂ ਵਕੀਲਾਂ ਦੀ ਨਿਯੁਕਤੀ ਜਿਹੜੀ ਉਹ ਸਰਕਾਰ ਦੁਆਰਾ ਕੀਤੀ ਜਾਂਦੀ ਹੈ 9th question ਫੌਜਦਾਰੀ ਮੁਕੱਦਮੇ ਕਿਹੜੇ ਹੁੰਦੇ ਹਨ ਫੌਜਦਾਰੀ ਮੁਕੱਦਮੇ ਦੱਸਣਾ ਹੈ ਕਿਹੜੇ ਹੁੰਦੇ ਨੇ ਫੌਜਦਾਰੀ ਮੁਕੱਦਮੇ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਮਾਰਤਾੜ ਲੜਾਈ ਝਗੜੇ ਗਾਲੀ ਗਲੋਚ ਆਦਿ ਆਉਂਦੇ ਹਨ ਕਿਹੜੇ ਮੁਕੱਦਮੇ ਹੁੰਦੇ ਨੇ ਫੌਜਦਾਰੀ ਜਿਨ੍ਹਾਂ ਵਿੱਚ ਮਾਰਤਾੜ ਕੋਈ ਲੜਾਈ ਝਗੜਾ ਜਾਂ ਗਾਲੀ ਗਲੋਚ ਆਦਿ ਆਉਂਦੇ ਹਨ ਇਹ ਮੁਕੱਦਮੇ ਜ਼ਿਆਦਾਤਰ ਅਸਮਾਜਿਕ ਤੱਤਾਂ ਤੇ ਤੱਤਾਂ ਦੇ ਗੁੰਡੇ ਹਨ ਬਦਮਾਸ਼ਾਂ ਨਾਲ ਸੰਬੰਧਿਤ ਹੁੰਦੇ ਹਨ ਜਿਹੜੇ ਜ਼ਿਆਦਾਤਰ ਬਦਮਾਸ਼ਾਂ ਨਾਲ ਸੰਬੰਧਿਤ ਹੁੰਦੇ ਨੇ ਜਿਨ੍ਹਾਂ ਵਿੱਚ ਮਾਰ-ਟਾੜ ਲੜਾਈ ਝਗੜੇ ਆਉਂਦੇ ਹਨ ਉਹਨਾਂ ਨੂੰ ਫੌਜਦਾਰੀ ਮੁਕੱਦਮੇ ਕਿਹਾ ਜਾਂਦਾ ਹੈ। ਤੁਹਾਨੂੰ ਜਸਟ ਆਨਸਰ ਪਤਾ ਹੋਣਾ ਚਾਹੀਦਾ ਕਿ ਆਰਥਿਕ ਇਹ ਕੁਐਸਚਨ ਦਾ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਵੀ ਉਸਨੂੰ ਲਿਖ ਸਕਦੇ ਹੋ। ਨੈਕਸਟ ਕੁਐਸਚਨ ਹੈ ਆਪਣੇ ਕੋਲ ਅਨਪੜਤਾ ਦਾ ਲੋਕਤੰਤਰ ਤੇ ਕੀ ਪ੍ਰਭਾਵ ਪੈਂਦਾ ਹੈ? ਅਨਪੜਤਾ ਦੇ ਪ੍ਰਭਾਵ ਦੱਸਣਾ ਲੋਕਤੰਤਰ ਤੇ। ਅਨਪੜਤਾ ਦਾ ਲੋਕਤੰਤਰ ਤੇ ਹੇਠ ਲਿਖੇ ਪ੍ਰਭਾਵ ਪੈਂਦੇ ਹਨ। ਫਸਟ ਅਨਪੜਤਾ ਸਮਾਜਿਕ ਅਸਮਾਨਤਾਵਾਂ ਦੀ ਜੜ ਹੈ ਜਿਹੜੇ ਸਮਾਜਿਕ ਅਸਮਾਨਤਾਵਾਂ ਹੁੰਦੀਆਂ ਨੇ ਉਹਨਾਂ ਦੀ ਜੜ ਹੈ ਅਨਪੜਤਾ ਲੋਕਤੰਤਰ ਦੇ ਵਿਕਾਸ ਵਿੱਚ ਰੁਕਾਵਟ ਬਣਦੀ ਹੈ ਅਨਪੜਤਾ ਕਰਕੇ ਸਹੀ ਜਨਮਤ ਨਹੀਂ ਮਿਲਦਾ ਅਨਪੜ ਵਿਅਕਤੀ ਦੀ ਜਾਤ ਧਰਮ ਨਸਲ ਦੇ ਆਧਾਰ ਤੇ ਜਲਦੀ ਗੁੰਮਰਾਹ ਹੁੰਦੇ ਹਨ ਅਨਪੜ ਵਿਅਕਤੀ ਨੇ ਜਿਹੜੇ ਜਾਤ ਧਰਮ ਨਸਲ ਦੇ ਆਧਾਰ ਤੇ ਉਹਨਾਂ ਨੂੰ ਕੋਈ ਵੀ ਗੁੰਮਰਾਹ ਕਰ ਸਕਦਾ ਜਲਦੀ ਹਾਹਾ ਪੁਆਇੰਟ ਅਨਪੜ ਵਿਅਕਤੀ ਆਪਣੇ ਮਾਤ ਦੇ ਅਧਿਕਾਰ ਦੀ ਸਹੀ ਵਰਤੋਂ ਨਹੀਂ ਕਰਤੇ ਨੈਕਸਟ ਅਨਪੜਤਾ ਸਮਾਜ ਲਈ ਲਾਨਤ ਹੈ ਅਨਪੜਤਾ ਜਿਹੜੀ ਸਮਾਜਿਕ ਅਸਮਾਨਤਾਵਾਂ ਦੀ ਜੜ ਹੈ ਲੋਕਤੰਤਰ ਦੇ ਵਿਕਾਸ ਵਿੱਚ ਰੁਕਾਵਟ ਹੈ ਇਸ ਨਾਲ ਜਿਹੜੇ ਲੋਕ ਸਹੀ ਜਨਮਤ ਨਹੀਂ ਕਰ ਪਾਉਂਦੇ ਸਹੀ ਜਾਣਵਤ ਨਹੀਂ ਮਿਲਦਾ ਅਨਪੜਵਿਅਕਤੀ ਨੂੰ ਜਿਹੜੇ ਜਾਤ ਧਰਮ ਨਸਲ ਦੇ ਆਧਾਰ ਤੇ ਜਿਹੜੇ ਲੋਕ ਨੇ ਜਿਹੜੇ ਨੇਤਾਵਾਂ ਨੇ ਉਹ ਉਹਨਾਂ ਨੂੰ ਜਲਦੀ ਗੁੰਮਰਾਹ ਕਰ ਲੈਂਦੇ ਨੇ ਅਨਪੜਵਿਅਕਤੀ ਆਪਣੇ ਮਤ ਦੇ ਅਧਿਕਾਰ ਦੀ ਜਿਹੜੀ ਸਹੀ ਵਰਤੋਂ ਨਹੀਂ ਕਰ ਪਾਉਂਦੇ ਅਨਪੜਤਾ ਸਮਾਜ ਲਈ ਇੱਕ ਲਾਨਤ ਹੈ ਨੈਕਸਟ ਆਪਣੇ ਕੋਲ ਪਾਗ ਈਡੀ ਹੈਟ ਲਿਖੇ ਪ੍ਰਸ਼ਨਾਂ ਵਿੱਚੋਂ ਕੋਈ ਤਿੰਨ ਪ੍ਰਸ਼ਨਾਂ ਦੇ ਉੱਤਰ 80 ਤੋਂ 100 ਸ਼ਬਦਾਂ ਵਿੱਚ ਦਿਓ ਹਰੇਕ ਪ੍ਰਸ਼ਨ ਦੇ ਤਿੰਨ ਅੰਕ ਹਨ ਫਰਸਟ ਕੁਐਸਚਨ ਆਪਣੇ ਕੋਲ ਇੱਥੇ ਆਪਣੇ ਕੋਲ ਜਿੰਨੇ ਵੀ ਕੁਐਸਚਨ ਦਿੱਤੇ ਹੋਣਗੇ ਉਹਨਾਂ ਦੇ ਵਿੱਚੋਂ ਤੁਸੀਂ ਕੋਈ 3 ਕਰਨੇ ਹੋਣਗੇ ਕੁਐਸਚਨ ਹੈ ਆਪਣੇ ਕੋਲ ਪੰਜਾਬ ਵਿੱਚ ਕਪਾ ਦੀ ਪੈਦਾਵਾਰਤੀ ਇੱਕ ਨੋਟ ਲਿਖੋ ਪੰਜਾਬ ਵਿੱਚ ਕਪਾ ਦੀ ਪੈਦਾਵਾਰ ਕਿਸ ਏਰੀਆ ਵਿੱਚ ਜ਼ਿਆਦਾ ਹੁੰਦੀ ਹੈ ਕਿੱਥੇ ਉਹ ਸਾਰਾ ਦੱਸਣਾ ਆਨਸਰ ਹੈ ਇਸ ਦੇ ਵਿੱਚ ਆਪਣੇ ਕੋਲ ਪੰਜਾਬ ਅਤੇ ਹਰਿਆਣਾ ਦੋਵੇਂ ਰਾਜ ਇਕੱਠੇ ਮਿਲ ਕੇ ਦੇਸ਼ ਦੀ ਲਗਭਗ 25% ਕਪਾਹ ਪੈਦਾ ਕਰਦੇ ਹਨ। ਪੰਜਾਬ ਤੇ ਹਰਿਆਣਾ ਦੋਵੇਂ ਰਾਜ ਦੋਨੋਂ ਸੂਬਿਆਂ ਸਿੱਧੇ ਮਿਲ ਕੇ ਇਕੱਠੇ ਮਿਲ ਕੇ ਦੇਸ਼ ਦੀ ਲਗਭਗ 25% ਕਪਾਹ ਪੈਦਾ ਕਰਦੇ ਹਨ। ਪੰਜਾਬ ਵਿੱਚ ਕਪਾਹ ਦਾ ਮੁੱਖ ਖੇਤਰ ਮਾਲਵਾ ਹੈ। ਪੰਜਾਬ ਵਿੱਚ ਜਿਹੜਾ ਕਪਾਹ ਦਾ ਮੁੱਖ ਖੇਤਰ ਉਹ ਕਿਹੜਾ ਮਾਲਵਾ ਹੈ। ਹਰਿਆਣਾ ਤੇ ਪੰਜਾਬ ਦੇ ਜਿਹੜੇ ਦੋਵੇਂ ਰਾਜ ਮਿਲ ਕੇ 25% ਕਪਾਹ ਪੈਦਾ ਕਰਦੇ ਹਨ। ਕਪਾਹ ਦਾ ਕਮੇੜਾ ਮੁੱਖ ਖੇਤਰ ਆ ਪੰਜਾਬੀ ਚ ਉਹ ਮਾਲਵਾ ਹੈ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਮੁਕਤਸਰ ਸੰਗਰੂਰ ਅਤੇ ਮਾਨਸਾ ਜ਼ਿਲ੍ਹੇ ਇਸੇ ਮੁੱਖ ਉਤਪਾਦਕ ਹਨ ਕਿਹੜੇ ਜ਼ਿਲ੍ਹੇ ਨੇ ਜਿਹੜੇ ਇਸ ਦੇ ਮੁੱਖ ਉਤਪਾਦਕ ਨੇ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਮੁਕਤਸਰ ਸੰਗਰੂਰ ਅਤੇ ਮਾਨਸਾ ਪੰਜਾਬੀ ਚ ਬੀਟੀ ਕਾਟਨ ਬੀਟੀ ਕਾਟਨ ਬੀਜਾਂ ਤੋਂ ਚੰਗਾ ਝਾੜ ਪ੍ਰਾਪਤ ਹੋ ਰਿਹਾ ਹੈ ਉਹਨਾਂ ਨੇ ਦੱਸਤਾ ਕਿ ਕਪਾਹ ਦੀ ਲਈ ਹੈ ਜਿਹੜਾ ਕਿਹੜਾ ਬੀਜ ਚੰਗਾ ਹੈ ਕਿਸ ਤੋਂ ਜਿਹੜਾ ਜ਼ਿਆਦਾ ਝਾੜ ਪ੍ਰਾਪਤ ਕਰ ਰਹੇ ਨੇ ਪੰਜਾਬ ਦੇ ਲੋਕ ਪੰਜਾਬ ਵਿੱਚ ਬੀਟੀ ਕਾਟਨ ਬੀਜਾਂ ਤੋਂ ਚੰਗਾ ਝਾੜ ਪ੍ਰਾਪਤ ਹੋ ਰਿਹਾ ਹੈ ਪੰਜਾਬ ਦੇ ਮਾਲਵਾ ਖੇਤਰ ਵਿੱਚ ਕਪਾਹ ਨੂੰ ਚਿੱਟਾ ਸੋਨਾ ਵੀ ਕਿਹਾ ਜਾਂਦਾ ਹੈ ਪੰਜਾਬ ਦੇ ਜਿਹੜੇ ਮਾਲਵਾ ਖੇਤਰ ਵਿੱਚ ਆ ਕਪਾਹ ਨੂੰ ਚਿੱਟਾ ਸੋਨਾ ਵੀ ਕਿਹਾ ਜਾਂਦਾ ਹੈ ਵਾਈਟ 골ਡ ਨੈਕਸਟ ਕੁਐਸਚਨ ਆਪਣੇ ਕੋਲ ਭਾਰਤ ਛੱਡੋ ਅੰਦੋਲਨ ਕੀ ਸੀ ਭਾਰਤ ਛੱਡੋ ਅੰਦੋਲਨ ਕੀ ਸੀ ਦੂਜੇ ਵਿਸ਼ਵ ਯੁੱਧ ਦੌਰਾਨ ਅੰਗਰੇਜ਼ਾਂ ਤੇ ਹੋਰ ਦਬਾਅ ਪਾਉਣ ਲਈ ਗਾਂਧੀ ਨੇ 1942 ਈਸਵੀ ਵਿੱਚ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਭਾਰਤ ਛੱਡੋ ਅੰਦੋਲਨ ਕਿਸ ਦੁਆਰਾ ਸ਼ੁਰੂ ਕੀਤਾ ਗਿਆ ਸੀ ਗਾਂਧੀ ਜੀ ਦੁਆਰਾ ਮਹਾਤਮਾ ਗਾਂਧੀ ਦੁਆਰਾ ਸੋ ਫਸਟ ਤੋਂ ਇਹ ਪਤਾ ਹੋਣਾ ਚਾਹੀਦਾ ਕਿਸ ਦੁਆਰਾ ਸ਼ੁਰੂ ਕੀਤਾ ਗਿਆ ਤੇ ਕਦੋਂ ਸ਼ੁਰੂ ਕੀਤਾ ਗਿਆ ਇਸ ਦਾ ਜਿਹੜਾ ਦੋ ਕੁਐਸਚਨਸ ਦਾ ਆਨਸਰ ਹੈ ਆਪਣੇ ਕੋਲ ਦੂਜੇ ਵਿਸ਼ਵ ਯੁੱਧ ਦੌਰਾਨ ਅੰਗਰੇਜ਼ਾਂ ਤੇ ਹੋਰ ਦਬਾਅ ਪਾਉਣ ਲਈ 1942 ਸਾਲ ਵਿੱਚ ਕਦੋਂ ਸ਼ੁਰੂ ਕੀਤਾ 1942 ਸਾਲ ਵਿੱਚ ਗਾਂਧੀ ਜੀ ਨੇ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਇਸ ਅੰਦੋਲਨ ਵਿੱਚ ਗਾਂਧੀ ਨੇ ਕਰੋ ਜਾਂ ਮਰੋ ਦਾ ਨਾਰਾ ਭਾਰਤੀਆਂ ਨੂੰ ਦਿੱਤਾ ਕਿਹੜਾ ਨਾਰਾ ਦਿੱਤਾ ਸੀ ਕਰੋ ਜਾਂ ਮਰੋ ਇਸ ਅੰਦੋਲਨ ਵਿੱਚ ਗਾਂਧੀ ਨੇ ਕਰੋ ਜਾਂ ਮਰੋ ਦਾ ਨਾਰਾ ਦਿੱਤਾ ਸਰਕਾਰ ਨੇ ਗਾਂਧੀ ਅਤੇ ਹੋਰ ਨੇਤਾਵਾਂ ਨੂੰ ਜੇਲ੍ਹ ਭੇਜ ਦਿੱਤਾ ਇਸ ਤੇ ਲੋਕਾਂ ਨੇ ਥਾਂ-ਥਾਂ ਤੇ ਪੁਲਿਸ ਥਾਣਿਆਂ ਸਰਕਾਰੀ ਭਵਨਾਂ ਡਾਕਖਾਨਿਆਂ ਤੇ ਰੇਲਵੇ ਸਟੇਸ਼ਨਾਂ ਆਦਿ ਨੂੰ ਨੁਕਸਾਨ ਪਹੁੰਚਾਇਆ ਕਿ ਇਸ ਕਰਕੇ ਉਹਨਾਂ ਨੇ ਭਾਰਤ ਛੱਡਣ ਅੰਦੋਲਨ ਚਲਾਇਆ ਉਸ ਤੇ ਜਿਹੜੇ ਸਰਕਾਰੀ ਮੁਲਾਜ਼ਮ ਸੀ ਜਾਂ ਨੇਤਾਵਾਂ ਸੀ ਉਹਨਾਂ ਨੇ ਗਾਂਧੀ ਹਰਾਂ ਨੂੰ ਜੇਲ੍ਹ ਭੇਜਤਾ ਗਾਂਧੀ ਨੂੰ ਜਿਸ ਕਰਕੇ ਜਿਹੜਾ ਲੋਕਾਂ ਨੇ ਗੁੱਸੇ ਦੇ ਵਿੱਚ ਆ ਕੇ ਥਾਂ-ਥਾਂ ਤੇ ਜਿਹੜੇ ਪੁਲਿਸ ਸਟੇਸ਼ਨ ਜਿਹੜੀਆਂ ਵੀ ਸਰਕਾਰੀ ਸੰਸਥਾਵਾਂ ਸੀ ਤੁਸੀਂ ਕੱਲਾ ਇਹ ਹੀ ਲਿਖ ਸਕਦੇ ਹੋ ਕਿ ਸਰਕਾਰੀ ਸੰਸਥਾਵਾਂ ਜਾਂ ਪਬਲਿਕ ਥਾਣੇ ਸਰਕਾਰੀ ਪੌਣਾ ਡਾਕਖਾਨੇ ਪੁਲਿਸ ਰੇਲਵੇ ਸਟੇਸ਼ਨਾਂ ਆਦਿ ਨੂੰ ਨੁਕਸਾਨ ਪਹੁੰਚਾਇਆ ਅੰਗਰੇਜ਼ੀ ਸਰਕਾਰ ਅੰਦੋਲਨ ਨੂੰ ਦਬਾਣ ਆ ਸਕੀ ਅਤੇ ਭਾਰਤ ਨੂੰ ਆਜ਼ਾਦ ਕਰਨ ਬਾਰੇ ਸੋਚਣ ਲਈ ਮਜਬੂਰ ਹੋਈ ਭਾਰਤ 'ਚ ਅੰਦੋਲਨ ਦੰਦੋਲਨਾਂ ਨੇ ਤਿੱਜਾ ਕੀਤੀ ਕਿ ਅੰਗਰੇਜ਼ੀ ਸਰਕਾਰ ਜਿਹੜਾ ਅੰਦੋਲਨ ਨੂੰ ਦਬਾ ਨਾ ਸਕੇ ਉਸ ਵਿੱਚ ਆ ਸਫਲ ਰਹੀ ਜਿਸ ਕਰਕੇ ਉਹ ਭਾਰਤ ਨੂੰ ਆਜ਼ਾਦ ਕਰਨ ਬਾਰੇ ਸੋਚਣ ਲਈ ਮਜਬੂਰ ਹੋਏ। ਨੈਕਸਟ ਕੁਐਸਚਨ ਭਾਰਤੀ ਸੰਸਦ ਦੀ ਬਣਤਰ ਲਿਖੋ। ਭਾਰਤੀ ਸੰਸਦ ਦੀ ਬਣਤਰ ਹੈ ਜਿਹੜੀ ਉਹ ਕੀ ਆ। ਭਾਰਤੀ ਸੰਸਦ ਦੀ ਬਣਤਰ ਸੰਸਦ ਉਹ ਸੰਸਥਾ ਹੈ ਜਿੱਥੇ ਬੈਠ ਕੇ ਲੋਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਸ਼ਿਆਂ ਤੇ ਗੱਲਬਾਤ ਕਰਦੇ ਹਨ। ਸੰਸਦ ਕੀ ਹੈ ਸੰਸਦ ਉਹ ਸੰਸਥਾ ਹੈ ਜਿੱਥੇ ਬੈਠ ਕੇ ਲੋਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਿਹੜੇ ਵਿਸ਼ਿਆਂ ਤੇ ਗੱਲ ਕਰਦੇ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਸ਼ਿਆਂ ਤੇ ਗੱਲਬਾਤ ਕਰਦੇ ਹਨ ਸੰਸਦ ਦੇ ਦੋ ਸਦਨ ਹੁੰਦੇ ਹਨ ਲੋਕ ਸਭਾ ਤੇ ਰਾਜ ਸਭਾ ਸੰਸਦ ਦੇ ਜਿਹੜੇ ਦੋ ਸਦਨ ਨੇ ਲੋਕ ਸਭਾ ਤੇ ਰਾਜ ਸਭਾ ਨੈਕਸਟ ਉਹਨਾਂ ਤੇ ਨੋਟ ਲਿਖਤਾ ਕਿ ਲੋਕ ਸਭਾ ਕੀ ਹੁੰਦੀ ਹੈ ਰਾਜ ਸਭਾ ਲੋਕ ਸਭਾ ਇਸ ਵਿੱਚ ਲੋਕਾਂ ਦੁਆਰਾ ਪ੍ਰਤੱਖ ਚੁਣੇ ਹੋਏ ਮੈਂਬਰ ਆਉਂਦੇ ਹਨ ਵਰਤਮਾਨ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ 545 ਹੈ 543 ਲੋਕਾਂ ਦੁਆਰਾ ਸਿੱਧੇ ਚੁਣੇ ਜਾਂਦੇ ਹਨ ਤੇ ਦੋ ਮੈਂਬਰ ਰਾਸ਼ਟਰਪਤੀ ਨਾਮਜ਼ਦ ਕਰਤਾ ਹੈ ਲੋਕ ਸਭਾ ਇੱਕ ਅਸਥਾਈ ਸਦਨ ਹੈ ਲੋਕ ਸਭਾ ਜਿਹੜਾ ਅਸਥਾਈ ਸਦਨ ਹੈ ਰਾਜ ਸਭਾ ਇਹ ਇੱਕ ਸਥਾਈ ਸਦਨ ਹੈ ਜੋ ਲੋਕ ਸਭਾ ਟੁੱਟਣ ਤੋਂ ਬਾਅਦ ਵੀ ਕੰਮ ਕਰਦਾ ਰਹਿੰਦਾ ਹੈ ਜਿਹੜਾ ਰਾਜ ਸਭਾ ਉਹ ਸਥਾਈ ਸਦਨ ਹੈ ਜੋ ਲੋਕ ਸਭਾ ਟੁੱਟਣ ਤੋਂ ਬਾਅਦ ਵੀ ਕੰਮ ਕਰਦਾ ਰਹਿੰਦਾ ਹੈ ਵਰਤਮਾਨ ਸਮੇਂ ਵਿੱਚ ਇਸ ਦੇ ਮੈਂਬਰ 250 ਹਨ 238 ਮੈਂਬਰ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ 12 ਮੈਂਬਰ ਰਾਸ਼ਟਰਪਤੀ ਨਾਮਜ਼ਦ ਕਰਦੇ ਇਸ ਦੇ ਵਿੱਚ 238 ਜਿਹੜੇ ਮੈਂਬਰ ਉਹ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਲਏ ਜਾਂਦੇ ਨੇ 12 ਮੈਂਬਰ ਆ ਜਿਹੜੇ ਉਹ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਨੇ ਟੋਟਲ ਮੈਂਬਰ ਇਸ ਦੇ ਵਿੱਚ 250 ਹੁੰਦੇ ਨੇ ਇਹ ਮੈਂਬਰ ਅਪਰ ਤੱਕ ਚੋਣ ਵਿਧੀ ਦੁਆਰਾ ਚੁਣੇ ਜਾਂਦੇ ਹਨ ਹਰ 2 ਸਾਲ ਬਾਅਦ ਕੁਝ ਮੈਂਬਰ ਰਟਾਇਰ ਹੋ ਜਾਂਦੇ ਹਨ ਉਹਨਾਂ ਦੀ ਥਾਂ ਨਵੇਂ ਮੈਂਬਰ ਆ ਜਾਂਦੇ ਹਨ ਨੈਕਸਟ ਆਪਨੇ ਕੋਲ ਪਾਕ ਸਸਾ ਸਰੋਤ ਅਧਾਰਿਤ ਪ੍ਰਸ਼ਨ ਇਹਦੇ ਵਿੱਚ ਜਿਹੜਾ ਤੁਹਾਨੂੰ ਪੈਰਾ ਦਿੱਤਾ ਉਸ ਦੇ ਵਿੱਚੋਂ ਪੜ੍ਹ ਕੇ ਤੁਸੀਂ ਕੁਐਸਚਨਸ ਦੇ ਆਨਸਰ ਕਰਨੇ ਨੇ ਫਰਸਟ ਕੁਐਸਚਨ ਆਪਨੇ ਪੁੱਛਿਆ ਗਿਆ ਬੰਗਾਲ ਦੀ ਵੰਡ ਦਾ ਉਦੇਸ਼ ਕੀ ਸੀ ਇਸ ਵੰਡ ਕਰਨ ਦਾ ਅਸਲੀ ਉਦੇਸ਼ ਆ ਦੇਖੋ ਸੈਕੰਡ ਲਾਈਨ ਦੇ ਵਿੱਚ ਆਪਾਂ ਦੇਖਾਂ ਆਨਸਰ ਇਸ ਵੰਡ ਕਰਨ ਦਾ ਅਸਲੀ ਉਦੇਸ਼ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਫੁੱਟ ਪਾਉਣੀ ਅਤੇ ਰਾਸ਼ਟਰੀ ਸ਼ਕਤੀ ਨੂੰ ਕਮਜ਼ੋਰ ਕਰਨਾ ਸੀ ਫਰਸਟ ਲਾਈਨ ਦੇ ਵਿੱਚ ਹੀ ਆਪਣਾ ਫਰਸਟ ਕੁਐਸਚਨ ਦਾ ਆਨਸਰ ਨੈਕਸਟ ਆਪਣੇ ਕੋਲ ਬੰਗਾਲ ਦੀ ਵੰਡ ਦੇ ਵਿਰੋਧ ਵਿੱਚ ਕਿਹੜਾ ਅੰਦোলন ਸ਼ੁਰੂ ਕੀਤਾ ਗਿਆ ਬੰਗਾਲ ਦੀ ਵੰਡ ਦੇ ਵਿਰੋਧ ਵਿੱਚ ਕਿਹੜਾ ਅੰਦোলন ਸ਼ੁਰੂ ਹੋਇਆ ਸੀ ਸਵਦੇਸ਼ੀ ਆ ਦੇਖੋ ਬੰਗਾਲ ਦੀ ਵੰਡ ਦੇ ਵਿਰੋਧ ਵਿੱਚ ਸਵਦੇਸ਼ੀ ਅੰਦੋਲਨ ਸ਼ੁਰੂ ਕੀਤਾ ਗਿਆ ਇਹ ਹੋ ਗਿਆ ਆਪਣਾ ਸੈਕਿੰਡ ਕੁਐਸਚਨ ਦਾ ਆਨਸਰ ਥਰਡ ਕੁਐਸਚਨ ਕਾਂਗਰਸ ਵਿੱਚ ਕਿਹੜੇ-ਕਿਹੜੇ ਦਲ ਸਥਾਪਿਤ ਹੋਏ ਬੰਗਾਲ ਦੀ ਵੰਡ ਹੋਣ ਨਾਲ ਕਾਂਗਰਸ ਵਿੱਚ ਨਰਮ ਦਲ ਅਤੇ ਗਰਮ ਦਲ ਦੋ ਸ਼ਕਤੀਸ਼ਾਲੀ ਦਲ ਸਥਾਪਿਤ ਹੋਏ ਲਾਸਟ ਲਾਈਨ ਦਾ ਜਿਹੜਾ ਆਪਣਾ 3rd ਕੁਐਸਚਨ ਦਾ ਜਵਾਬ ਹੈ ਇਸ ਤੋਂ ਇਲਾਵਾ ਪਾ ਗਾ ਹੈ ਤੁਹਾਡੇ ਕੋਲ ਭਾਰਤ ਦੇ ਨਕਸ਼ੇ ਵਿੱਚ ਕੋਈ ਪੰਜ ਸਥਾਨ ਪਰ ਤੁਹਾਨੂੰ 8 ਸਥਾਨ ਦੱਸੇ ਹੋਣਗੇ ਉਹਨਾਂ ਦੇ ਵਿੱਚੋਂ ਤੁਸੀਂ ਕੋਈ ਪੰਜ ਹੈ ਜਿਹੜੇ ਭਾਰਤ ਦੇ ਨਕਸ਼ੇ ਵਿੱਚ ਦਿਖਾਣੇ ਹੋਣਗੇ ਕਿ ਕਿਹੜਾ ਖੇਤਰ ਉਹ ਕਿੱਥੇ ਹੈ ਇੱਥੇ ਤੁਹਾਨੂੰ ਪੁੱਛੇਗੇ ਨੇ ਕੱਚਾ ਲੋਹਾ ਖੇਤਰ ਸੋਨਾ ਖੇਤਰ ਅਬਰਕ ਖੇਤਰ ਮੈਗਨੀਜ਼ ਖੇਤਰ ਤਾਂਬਾ ਖੇਤਰ ਕਣਕ ਪੈਦਾ ਕਰਨ ਵਾਲਾ ਖੇਤਰ ਚਾਵਲ ਪੈਦਾ ਕਰਨ ਵਾਲਾ ਖੇਤਰ ਤੇ ਚਾਹ ਪੈਦਾ ਕਰਨ ਵਾਲਾ ਖੇਤਰ ਨਕਸ਼ਾ ਜਿਹੜਾ ਤੁਹਾਡੇ ਕੋਲ ਹੋਏਗਾ 5 ਨੰਬਰ ਦਾ ਸੋ ਇਹ ਸੀ 8th ਕਲਾਸ ਦਾ ਮਾਡਲ ਟੈਸਟ ਪੇਪਰ ਕਿਸ ਤਰ੍ਹਾਂ ਦਾ ਪੈਟਰਨ ਆ ਜਿਹੜਾ ਐਗਜ਼ਾਮ ਦਾ ਤੁਹਾਡਾ ਹੋਏਗਾ ਤੇ ਕਿਸ ਤਰ੍ਹਾਂ ਦਾ ਜਿਹੜੇ ਕੁਐਸਚਨ ਤੁਹਾਨੂੰ ਆ ਸਕਦੇ ਨੇ ਇੰਪੋਰਟੈਂਟ ਕੁਐਸਚਨ ਥੈਂਕ ਯੂ ਸਟੂਡੈਂਟਸ ਫਾਰ ਵਾਚਿੰਗ ਵੀਡੀਓ ਪਲੀਜ਼ ਲਾਈਕ ਐਂਡ ਸ਼ੇਅਰ ਵੀਡੀਓ ਐਂਡ ਸਬਸਕ੍ਰਾਈਬ आवर ਚੈਨਲ ਫਾਰ ਮੋਰ ਵੀਡੀਓਜ਼